ਨਮਸਕਾਰ, ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੇ ਭਾਰਤ ਦੇਸ਼ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਉੱਥੇ ਹੀ ਗੁਰਦਾਸਪੁਰ ਦੇ ਰਵਿਦਾਸ ਚੌਂਕ 'ਚ ਸਥਿਤ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਨਮਾਜ਼ ਅਦਾ ਕੀਤੀ ਗਈ ਅਤੇ ਇੱਕ ਦੂਸਰੇ ਨੂੰ ਮਿਠਾਈ ਖਿਲਾ ਕੇ ਵਧਾਈ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਾਮਾ ਮਸਜਿਦ 'ਚ ਮੌਜੂਦ ਮੁਹੰਮਦ ਰੋਸ਼ਨ ਨੇ ਸਾਥੀਆਂ ਨਾਲ ਦੱਸਿਆ ਕਿ ਅੱਜ ਗੁਰਦਾਸਪੁਰ ਦੀ ਜਾਮਾ ਮਸਜਿਦ ਵਿੱਚ ਈਦ ਉਲ ਅਜ਼ਹਾ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ, ਜਿੱਥੇ ਗੁਰਦਾਸਪੁਰ ਦੇ ਆਸ ਪਾਸ ਦੇ ਕਈ ਪਿੰਡਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ ਹਨ, ਜਿਨ੍ਹਾਂ ਨੇ ਦੇਸ਼ ਦੀ ਖੁਸ਼ਹਾਲੀ ਲਈ ਨਮਾਜ਼ ਅਦਾ ਕੀਤੀ ਹੈ। ਉੱਥੇ ਹੀ ਧਾਰਾ 370 'ਤੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਵੱਡਾ ਸਿਆਸੀ ਮੁੱਦਾ ਹੈ, ਪਰ ਸੰਸਦ ਵਿੱਚ ਜਿਨ੍ਹਾਂ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਨੇ ਕੁਝ ਸੋਚ ਸਮਝ ਕੇ ਦੇਸ਼ ਦੇ ਹਿੱਤ ਲਈ ਫੈਸਲਾ ਲਿਆ ਹੈ। ਉੱਥੇ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਈਦ ਦੇ ਤਿਉਹਾਰ 'ਤੇ ਪੁਲਿਸ ਦੇ ਸਾਰੇ ਜ਼ਿਲ੍ਹੇ ਦੀਆਂ ਮਸਜਿਦਾਂ ਵਿੱਚ ਸਪੈਸ਼ਲ ਪੁਲਿਸ ਫੋਰਸ ਸਾਰਾ ਦਿਨ ਲਗਾਈ ਰੱਖੀ ਤਾਂ ਕਿ ਕੋਈ ਸ਼ਰਾਰਤੀ ਅਨਸਰ ਇਸ ਮੁਬਾਰਕ ਦਿਨ ਨੂੰ ਕੋਈ ਸ਼ਰਾਰਤ ਕਰ ਮਾਹੌਲ ਨਾ ਖਰਾਬ ਕਰ ਸਕੇ। ਦੇਖੋ ਇਨਸਾਫ ਟੀਵੀ 'ਤੇ ਪੂਰੀ ਖਬਰ। ਅੱਜ ਈਦ ਉਲ ਜ਼ਹਾ ਦਾ ਮੌਕਾ ਸੀ ਔਰ ਜਮਾ ਮਸਜਿਦ ਗੁਰਦਾਸਪੁਰ 'ਚ ਈਦ ਉਲ ਜ਼ਹਾ ਦੀ ਨਮਾਜ਼ ਅਦਾ ਕੀਤੀ ਗਈ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਅਮਾਨ ਲਈ ਦੁਆ ਕੀਤੀ ਗਈ ਅਤੇ ਸਭ ਨੂੰ ਮੁਬਾਰਕਬਾਦ ਦਿੱਤੀ ਗਈ। ਕਿੱਥੋਂ ਕਿੱਥੋਂ ਦੀ ਇਹਦੇ ਵਿੱਚ ਜਿਹੜੀਆਂ ਲੋਕ ਸ਼ਾਮਿਲ ਹੋਏ ਆ? ਇਲਾਕੇ ਦੇ ਗੁਰਦਾਸਪੁਰ ਦੇ ਏਰੀਏ ਦੇ ਪਿੰਡਾਂ ਦੇ ਲੋਕ ਜਿਹੜੇ ਸੀ ਉਹ ਸ਼ਾਮਿਲ ਹੋ ਕੇ ਉਹਨਾਂ ਨੇ ਨਮਾਜ਼ ਅਦਾ ਕੀਤੀ ਹੈ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੇ ਮੁਬਾਰਕ ਦਿਨ 'ਤੇ? ਇਹ ਸੰਦੇਸ਼ ਹੈ ਇਸ ਕੁਰਬਾਨੀ ਦੇ ਦਿਨ ਦਾ ਕਿ ਆਪਣੇ ਦੇਸ਼ ਲਈ, ਆਪਣੀ ਫੈਮਿਲੀ ਲਈ, ਆਪਣੇ ਘਰ ਦੇ ਲਈ, ਆਪਣੀ ਜਿੱਦੋ ਜਹਿਦ ਦੇ ਲਈ ਕੁਰਬਾਨੀ ਦੇਣਾ, ਕਿਸੇ ਨੂੰ ਮਾਫ਼ ਕਰ ਦੇਣਾ ਇਹ ਕੁਰਬਾਨੀ ਹੈ, ਕਿਸੇ ਨੂੰ ਕਿਸੇ ਦੀ ਸਹਾਇਤਾ ਕਰ ਦੇਣਾ ਇਹ ਕੁਰਬਾਨੀ ਹੈ, ਕਿਸੇ ਗਰੀਬ ਨੂੰ ਭੁੱਖੇ ਮਸਕੀਨ ਨੂੰ ਖਾਣਾ ਖਿਲਾ ਦੇਣਾ ਇਹਦਾ ਨਾਲ ਕੁਰਬਾਨੀ ਹੈ। ਅਤੇ ਦੇਸ਼ ਦੇ ਵਿੱਚ ਇੱਕ ਦੂਜੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਨਮਾਜ਼ ਪੜ੍ਹਨੀ ਅਤੇ ਇੱਕ ਬਰਾਬਰ ਦਾ ਦਰਜਾ ਦੇਣ ਦਾ ਨਾਮ ਈਦ ਉਲ ਜ਼ਹਾ ਹੈ। ਦੂਜੇ ਪਾਸੇ 370 ਧਾਰਾ ਤੋੜੀ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ, ਉਹਦੇ ਉੱਪਰ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਇਹ ਬਹੁਤ ਵੱਡਾ ਸਿਆਸੀ ਮੁੱਦਾ ਆ, ਅਸੀਂ ਇੱਥੇ ਕੁਛ ਕਹਿਣਾ ਨਹੀਂ ਚਾਹੁੰਦੇ ਸੀ, ਤੁਸੀਂ ਸਵਾਲ ਪੁੱਛ ਲਿਆ ਅਤੇ ਅਸੀਂ ਇਸ ਸੰਵਿਧਾਨ ਦੀ ਅਤੇ ਜਿਹੜੇ ਸੰਸਦ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੁਛ ਸੋਚ ਕੇ ਦੇਸ਼ ਦੇ ਹਿੱਤ ਲਈ ਫੈਸਲਾ ਲਿਆ ਹੈ ਅਤੇ ਅਸੀਂ ਸਾਰੇ ਉਹਨਾਂ ਦੇ ਨਾਲ ਖੜ੍ਹੇ ਹਾਂ ਅਗਰ ਇਹ ਦੇਸ਼ ਨੂੰ ਮਜ਼ਬੂਤ ਬਣਾਉਣ 'ਚ ਅਤੇ ਰੋਜ਼ਗਾਰ 'ਚ ਹਰ ਤਰ੍ਹਾਂ ਨੂੰ ਦੇਸ਼ ਨੂੰ ਉੱਪਰ ਚੁੱਕਣ 'ਚ ਅਗਰ ਇਹ ਸਮਰੱਥ ਹੈ ਫੈਸਲਾ ਤਾਂ ਅਸੀਂ ਇਹਦਾ ਸਵਾਗਤ ਕਰਦੇ ਹਾਂ। ਮੇਰਾ ਨਾਮ ਗੁਲਾਮ ਰਸੂਲ ਹੈ। ਮਾਸ਼ਾਅੱਲਾ, ਅੱਜ ਤਕਰੀਬਨ 8:30 ਸੇ ਈਦ ਉਲ ਅਜ਼ਹਾ ਕਾ ਇਹ ਖੁਸ਼ੀ ਕਾ ਮੌਕਾ ਥਾ। ਗੁਰਦਾਸਪੁਰ ਜਾਮਾ ਮਸਜਿਦ ਮੇਂ ਸਭੀ ਸਾਥੀ ਜਮ੍ਹਾਂ ਹੋਏ ਔਰ ਜੋ ਈਦ ਕੀ ਖੁਸ਼ੀਆਂ ਬਰਸੋਂ ਸੇ ਚਲੀ ਆ ਰਹੀ ਹੈ, ਜੈਸੇ ਆਪਣੇ ਹਰ ਤਿਉਹਾਰ ਕੇ ਅੰਦਰ ਕੋਈ ਵੀ ਮਜ਼ਹਬ ਕਾ ਮਾਨਣੇ ਵਾਲਾ ਹੈ ਵੋ ਖੁਸ਼ੀ ਕਰਤਾ ਹੈ ਯਾ ਉਸਕਾ ਕੋਈ ਵੀ ਹਿਸਾਬ ਹੈ, ਤੋ ਅਲਹਮਦੁਲਿਲਾ ਹਮਾਰੇ ਮੁਸਲਿਮ ਲੋਕ ਜੋ ਹੈ ਉਨਕੀ ਖੁਸ਼ੀ ਇਹ ਹੈ ਕਿ ਉਹ ਈਦ ਉਲ ਅਜ਼ਹਾ ਕੇ ਮੌਕੇ ਪਰ ਅੱਲਾਹ ਕੇ ਸਾਹਮਣੇ ਸਜਦਾ ਕਰਤੇ ਹੈ, ਦੋ ਰਕਾਤ ਨਮਾਜ਼ ਨਫਿਲ ਪੜ ਸੁਨਤ ਪੜ੍ਹਤੇ ਹੈ ਔਰ ਅੱਲਾਹ ਸੇ ਦੁਆਏ ਕਰਤੇ ਹੈ, ਮੁਲਕ ਕੀ ਹਿਫਾਜ਼ਤ ਕੇ ਲੀਏ ਦੁਆ ਕਰਤੇ ਹੈ, ਅਮਨ ਵ ਸਲਾਮਤੀ ਕੇ ਲੀਏ ਦੁਆ ਕਰਤੇ ਹੈ ਔਰ ਇਸੀ ਤਰ੍ਹਾਂ
बरस हा बरस के लिए जहाँ तक आप ये 300 धारा या मुल्क के फसादात या कोई भी है, तो अगर कोई जालिम है तो उसकी हम मजम्मत करते हैं और अगर कोई मज़लूम है तो उसकी हम इमदाद करते हैं। मेरा नाम हाफिज़ बशीर है, मैं जामा मस्जिद गुरदासपुर का इमाम हूँ। तो माशाल्लाह आज ये जो ईद का दिन है, तकरीबन पूरी दुनिया पे बड़ी खुशी से इसको मनाया जाता है और इस दिन जो है इस्लाम के बारे में जो है जानकारी बताई जाती है और एक दूसरे को जो है मोहब्बत का पैगाम दिया जाता है और भटपुरी यानी मोहब्बत से और शौक़ से हर मुसलमान पूरी दुनिया पे इसको मनाता है।